ਕਿ ਉਹ ਬੰਦਾ ਮੇਰੇ ਵਨ ਆਫ ਦੀ ਬੈਸਟ ਫਰੈਂਡਸ ਦੇ ਵਿੱਚ ਆਉਂਦਾ ਆ। ਕਈਆਂ ਦੇ ਤਾਂ ਦਿਲਾਂ ਵਿੱਚ ਰਹਿਣਾ ਆ, ਕਈਆਂ ਦੇ ਤਾਂ ਸਮਝੋ ਵੀ ਬਾਹਰ ਨੀ। ਉਹ ਯੰਗਾਂ ਵਿੱਚ ਏ ਤੇ ਆਉਂਦੀ ਮਿੱਠੀ ਏ ਤੇ ਲਾਏ ਜੜਾ ਤੂੰ ਆਉਂਦਾ ਤੇਰਾ ਯਾਰ ਨੀ। ਯੰਗਾਂ ਵਿੱਚ ਏ ਤੇ ਆਉਂਦੀ ਮਿੱਠੀ ਏ ਤੇ ਲਾਏ ਜੜਾ ਤੂੰ ਆਉਂਦਾ ਤੇਰਾ ਯਾਰ ਨੀ। ਹਾਂਜੀ ਗਾਇਸ, ਕੀ ਹਾਲ ਚਾਲ ਹੈ ਜੀ। ਵੈਲਕਮ ਬੈਕ ਟੂ ਜੈੱਟ ਲਾਈਫ ਟੀਵੀ। ਮੈਂ ਤੁਹਾਡਾ ਭਰਾ ਜਸਪ੍ਰੀਤ ਲੈ ਕੇ ਆਇਆ ਇੱਕ ਹੋਰ ਯੂਟਿਊਬ ਵੀਡੀਓ ਤੁਹਾਡੇ ਸਾਰਿਆਂ ਦੇ ਲਈ। ਉਮੀਦ ਕਰਦਾ ਬਾਈ ਸਾਰੇ ਜਣੇ ਠੀਕ ਠਾਕ ਹੋਵੋਗੇ, ਜਿਹੜੇ ਵੀ ਮੁਲਕ 'ਚ ਹੋਵੋਗੇ, ਚਾਹੇ ਇੰਡੀਆ 'ਚ ਹੋਵੋਗੇ, ਚਾਹੇ ਪਾਕਿਸਤਾਨ 'ਚ, ਚਾਹੇ ਕਨੇਡਾ 'ਚ, ਚਾਹੇ ਅਮੈਰੀਕਾ 'ਚ, ਠੀਕ ਠਾਕ ਹੋਵੋਗੇ। ਅੱਜ ਦੀ ਵੀਡੀਓ ਦੇ ਵਿੱਚ ਬਾਈ ਆਪਾਂ ਗੱਲ ਕਰਨੀ ਆ ਇੱਕ ਬਹੁਤ ਹੀ ਵੱਡੇ ਇਸ਼ੂ 'ਤੇ, ਹੋਮ ਸਿਕਨੈਸ। ਹੋਮ ਸਿਕਨੈਸ ਦਾ ਮਤਲਬ ਹੁੰਦਾ ਜੀ ਜਦੋਂ ਤੁਸੀਂ ਘਰ ਤੋਂ ਦੂਰ, ਮਾਂ ਪਿਓ ਤੋਂ ਦੂਰ, ਭੈਣ ਭਰਾਵਾਂ ਤੋਂ ਦੂਰ, ਕਿਸੇ ਦੂਜੇ ਵਤਨ ਦੇ ਵਿੱਚ ਜਾਂ ਦੂਜੇ ਮੁਲਕ 'ਚ ਰਹਿੰਦੇ ਹਾਂ, ਚਾਹੇ ਉਹ ਟੈਂਪਰੇਰੀ ਰਹਿੰਦੇ ਹੋਵੋ, ਚਾਹੇ ਤੁਸੀਂ ਪਰਮਾਨੈਂਟ, ਜਿੱਦਾਂ ਮੈਂ ਕੈਨੇਡਾ ਦੇ ਵਿੱਚ ਆਇਆ ਸੀਗਾ, ਉਦੋਂ ਆਪਾਂ ਨੂੰ ਕਿਹੜੀਆਂ ਕਿਹੜੀਆਂ ਦਿੱਕਤਾਂ, ਕਿਹੜੀਆਂ ਕਿਹੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ, ਹੈ ਨਾ। ਕਿਸੇ ਦਾ ਵੀ ਆਪਣਾ ਮੁਲਕ, ਆਪਣਾ ਘਰ, ਆਪਣਾ ਦੇਸ਼ ਛੱਡਣ ਦਾ ਜੀ ਨਹੀਂ ਕਰਦਾ। ਹਰ ਬੰਦੇ ਦੀ ਕੋਈ ਨਾ ਕੋਈ ਮਜਬੂਰੀ ਜਾਂ ਲੋੜ ਜਾਂ ਜ਼ਰੂਰਤ ਹੁੰਦੀ ਆ, ਅਤੇ ਉਹਨਾਂ ਹੀ ਲੋੜਾਂ ਨੂੰ ਪੂਰੀਆਂ ਕਰਨ ਦੇ ਲਈ ਇਹ ਸਟੈਪ ਚੁੱਕਦੇ ਹਾਂ ਅਤੇ ਆਪਾਂ ਆ ਜਾਂਦੇ ਹਾਂ ਬਾਹਰ। ਉਦੋਂ ਤਾਂ ਆਪਾਂ ਨੂੰ ਬਹੁਤ ਚਾਅ ਹੁੰਦਾ, ਜਦੋਂ ਤੱਕ ਆਪਾਂ ਏਅਰਪੋਰਟ 'ਤੇ ਪਹੁੰਚ ਨਹੀਂ ਜਾਂਦੇ ਅਤੇ ਜਹਾਜ਼ ਲੈ ਨਹੀਂ ਲੈਂਦੇ, ਉਦੋਂ ਤੱਕ ਤਾਂ ਆਪਾਂ ਬਹੁਤ ਖੁਸ਼ ਹੁੰਦੇ ਹਾਂ। ਪਰ ਜਦੋਂ ਆਪਾਂ ਆ ਜਾਂਦੇ ਹਾਂ ਬਾਹਰਲੇ ਦੇਸ਼ 'ਚ, ਜਿੱਥੇ ਨਾ ਆਪਣਾ ਕੋਈ ਭੈਣ ਭਰਾ ਹੁੰਦਾ, ਨਾ ਆਪਣੇ ਮਾਂ ਪਿਓ ਹੁੰਦੇ ਆ, ਅਤੇ ਆਪਾਂ ਇਕੱਲੇ ਕਾਰੇ, ਹੈ ਨਾ, ਤੁਰੇ ਫਿਰਦੇ ਹਾਂ, ਚਾਹੇ ਪੈਸੇ ਦੀ ਦੌੜ 'ਚ, ਚਾਹੇ ਕੰਮ ਦੀ ਦੌੜ 'ਚ, ਇਹੀ ਰਿਐਲਿਟੀ ਹੈ ਗਾਈਜ਼ ਬਾਹਰਲਿਆਂ ਮੁਲਕਾਂ ਦੀ। ਅਤੇ ਜੇ ਹੁਣ ਮੈਂ ਤੁਹਾਡੇ ਸਾਰਿਆਂ ਦੇ ਨਾਲ ਆਪਣਾ ਐਕਸਪੀਰੀਅੰਸ ਸਾਂਝਾ ਕਰਾਂ, ਮੈਨੂੰ ਬਹੁਤ ਹੀ ਜ਼ਿਆਦਾ, ਹੈ ਨਾ, ਦਿੱਕਤਾਂ ਆਈਆਂ ਸੀਗੀਆਂ ਜਦੋਂ ਮੈਂ ਨਵਾਂ ਨਵਾਂ ਆਇਆ ਸੀਗਾ। ਸਭ ਤੋਂ ਪਹਿਲੀ ਦਿੱਕਤ ਆਈ ਸੀ ਗਾਈਜ਼, ਜਿੱਥੇ ਮੈਂ ਆਇਆ, ਚਾਹੇ ਉਹ ਚੰਗੀ ਗੱਲ ਸੀ ਮੇਰੇ ਲਈ ਚਾਹੇ ਮਾੜੀ ਸੀ, ਜਿਹੜਾ ਮੈਨੂੰ ਨਹੀਂ ਪਤਾ, ਪਰ ਪਹਿਲੇ 2-3 ਵੀਕ ਤਾਂ ਮੈਨੂੰ ਕੋਈ ਸਮਝ ਨਹੀਂ ਸੀ ਲੱਗ ਰਿਹਾ, ਕਿਉਂਕਿ ਮੇਰੀ ਕਲਾਸ ਦੇ ਵਿੱਚ ਸੀਗੇ ਸਾਰੇ ਗੋਰੇ, ਪੜ੍ਹਾਉਣ ਵਾਲੇ ਟੀਚਰ ਗੋਰੇ, ਅਤੇ ਉਹ ਜਿਹੜੀ ਚੀਜ਼ ਸੀ ਨਾ, ਉਦੋਂ ਮੈਨੂੰ ਅਹਿਸਾਸ ਹੋਇਆ ਕਿ ਯਾਰ ਆਪਣੇ ਪੰਜਾਬੀ ਭਰਾਵਾਂ ਦੀ ਕੀ ਵੈਲਿਊ ਆ, ਹੈ ਨਾ। ਉਦਣ ਮੈਨੂੰ ਲੱਗਿਆ ਕਿ ਹਾਂ ਯਾਰ, ਚਾਹੇ ਬੰਦਾ ਜਿੱਥੇ ਮਰਜ਼ੀ ਚੱਲ ਜਾਵੇ, ਹੈ ਨਾ, ਆਪਣੇ ਬੰਦੇ ਆਪਣੇ ਹੀ ਹੁੰਦੇ ਆ, ਬਗਾਨੇ ਬਗਾਨੇ ਹੁੰਦੇ ਆ। ਪਰ ਮੈਂ ਉਸ ਚੀਜ਼ ਨੂੰ ਪੋਜ਼ੀਟਿਵਲੀ ਲਿਆ। ਪੋਜ਼ੀਟਿਵਲੀ ਕਿੱਦਾਂ ਲਿਆ ਗਾਇਜ਼? ਜਿੱਦਾਂ ਤੁਹਾਨੂੰ ਵੀ ਲੈਣਾ ਚਾਹੀਦਾ, ਜੇ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਕੈਨੇਡਾ 'ਚੋਂ, ਆਸਟ੍ਰੇਲੀਆ 'ਚੋਂ, ਨਿਊਜ਼ੀਲੈਂਡ 'ਚੋਂ, ਕਿਤੇ ਵੀ ਹੋ, ਮੈਂ ਤੁਹਾਨੂੰ ਇੱਕੋ ਗੱਲ ਕਹੂੰਗਾ ਗਾਇਜ਼, ਸਭ ਤੋਂ ਵੱਡੀ ਦਵਾਈ ਹੈਗੀ ਆ ਗੱਲਬਾਤ। ਕੋਈ ਤੁਹਾਨੂੰ ਦੇਖ ਰਿਹਾ, ਤੁਹਾਡੀ ਕਲਾਸ 'ਚ ਤੁਹਾਡੇ ਕਲਾਸਮੇਟ ਬੈਠੇ ਆ, ਨੋ ਮੈਟਰ ਉਹ ਪੰਜਾਬੀ ਆ, ਉਹ ਗੋਰੇ ਆ, ਕੋਈ ਵੀ ਆ, ਹੈ ਨਾ, ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰੋ, ਗੱਲਬਾਤ ਕਰਨ ਦੀ ਕੋਸ਼ਿਸ਼ ਕਰੋ। ਹਾਂ, ਮੇ ਬੀ ਅੱਜ ਤੁਹਾਨੂੰ ਇੰਗਲਿਸ਼ ਨਹੀਂ ਆਊਗੀ ਉਨੀ ਉਹਨਾਂ ਦੇ ਲੈਵਲ ਦੀ, ਪਰ ਹੌਲੀ ਹੌਲੀ ਤੁਸੀਂ ਇੰਪਰੂਵ ਹੋਵੋਗੇ ਅਤੇ ਨਾਲ ਦੀ ਨਾਲ ਉਹ ਤੁਹਾਡੇ ਦੋਸਤ ਬਣਨਗੇ। ਅਤੇ ਦੋਸਤ ਬਣਾਉਣ ਦੇ ਲਈ ਕੋਈ ਕਿਤਾਬਾਂ ਨਹੀਂ ਪੜ੍ਹਨੀਆਂ ਪੈਂਦੀਆਂ ਗਾਈਜ਼, ਬਸ ਇੱਕ ਗੱਲਬਾਤ, ਇੱਕ ਕਨਵਰਸੇਸ਼ਨ ਸਟਾਰਟ ਕਰਨੀ ਹੁੰਦੀ ਆ। ਅਤੇ ਪਹਿਲੀ ਵਾਰ ਦੇ ਵਿੱਚ ਤਾਂ ਗਾਈਜ਼ ਕੋਈ ਵੀ ਕਿਸੇ ਨੂੰ ਨਹੀਂ ਜਾਣਦਾ, ਹੈ ਨਾ, ਜੇ ਆਪਾਂ ਗੱਲ ਕਰੀਏ, ਹੌਲੀ ਹੌਲੀ ਆਪਣੀ ਇੱਕ ਬੌਂਡਿੰਗ ਬਣਦੀ ਆ, ਚਾਹੇ ਉਹ ਕੋਈ ਵੀ ਹੋਵੇ, ਹੈ ਨਾ। ਜੇ ਮੈਂ ਆਪਣੀ ਗੱਲ ਕਰਾਂ, ਮੇਰੀ ਕਲਾਸ ਦੇ ਵਿੱਚ ਮੇਰਾ ਯਾਰ ਸੀਗਾ, ਯਾਰ ਮਿੱਤਰ ਡੈਨੀਅਲ, ਉਹਦੇ ਨਾਲ ਆਪਣੀ ਐਡੀ ਕੁ ਸਾਂਝ ਬਣ ਗਈ ਕਿ ਉਹ ਬੰਦਾ ਮੇਰੇ ਵਨ ਆਫ ਦੀ ਬੈਸਟ ਫਰੈਂਡਸ ਦੇ ਵਿੱਚ ਆਉਂਦਾ ਆ। ਅਤੇ ਇੰਨਾ ਬਾਈ ਦਾ ਚੰਗਾ ਸੁਭਾਅ ਆ ਨਾ, ਮੈਂ ਬਹੁਤ ਛੇਤੀ ਉਹਨੂੰ ਆਪਣੇ ਚੈਨਲ 'ਤੇ ਲੈ ਕੇ ਆਊਂਗਾ। ਪਹਿਲਾਂ ਬਾਈ ਨੇ ਥੋੜ੍ਹਾ ਜਿਹਾ, ਹੈ ਨਾ, ਮੇਰੇ ਨਾਲ ਫਰਕ ਜਿੱਦਾਂ ਕੀਤਾ ਕਿ ਬਾਈ ਮੈਂ ਤੈਨੂੰ ਜਾਣਦਾ ਨਹੀਂ, ਹੈ ਨਾ, ਇੱਕ ਵਾਰੀ ਅਸੀਂ ਮਿਲੇ, ਦੋ ਵਾਰੀ ਮਿਲੇ, ਕਦੀ ਅਸੀਂ ਮੂਵੀ 'ਤੇ ਗਏ, ਉਸ ਤੋਂ ਬਾਅਦ, ਹੈ ਨਾ, ਮੂਵੀ ਵੇਖਣ ਗਏ ਅਸੀਂ 2-3 ਜਣੇ ਮਿਲ ਕੇ, ਅਤੇ ਕਦੀ ਅਸੀਂ ਕਿਸੇ ਰੈਸਟੋਰੈਂਟ ਦੇ ਵਿੱਚ ਗਏ ਰੋਟੀ ਪਾਣੀ ਛਕਣ, ਹੈ ਨਾ। ਅਤੇ ਹੌਲੀ ਹੌਲੀ, ਹੈ ਨਾ, ਹੌਲੀ ਹੌਲੀ ਸਾਡੀ ਇੱਕ ਇੰਨਾ ਸੋਹਣਾ ਸਾਡਾ ਇੱਕ ਬਾਈ ਭਰਾਵਾਂ ਵਾਲਾ ਰਿਸ਼ਤਾ ਬਣ ਗਿਆ। ਨਾਲੇ ਉਹ ਬਾਈ ਗੋਰਾ, ਹੈ ਨਾ, ਉਹ ਗੋਰਾ ਹੋ ਕੇ ਅੱਜ ਮੇਰੇ ਨਾਲ ਭਰਾਵਾਂ ਵਾਂਗੂ ਆ। ਕਿਉਂ? ਕਿਉਂਕਿ ਬਾਈ ਜਦੋਂ ਆਪਾਂ, ਹੈ ਨਾ, ਕਿਸੇ ਨਾਲ ਮਿਲਦੇ ਵਰਤਦੇ ਹਾਂ, ਕਿਸੇ ਨਾਲ ਬਹਿੰਦੇ ਉੱਠਦੇ ਹਾਂ, ਅਤੇ ਸਪੈਸ਼ਲੀ ਸਭ ਤੋਂ ਵੱਡੀ ਚੀਜ਼, ਹੈ ਨਾ, ਆਪਾਂ ਉਸ ਬੰਦੇ ਨਾਲ ਫਰਕ ਨਹੀਂ ਕਰਦੇ ਕਿਸੇ ਵੀ ਪੱਖੋਂ, ਅਤੇ ਉਹ ਬੰਦਾ ਆਪਣੇ ਨਾਲ ਕਿਸੇ ਪੱਖੋਂ ਫਰਕ ਨਹੀਂ ਕਰਦਾ। ਉਦੋਂ ਹੀ ਆਪਾਂ ਚੰਗੇ ਯਾਰ ਦੋਸਤ ਬਣਾ ਸਕਦੇ ਹਾਂ, ਸਪੈਸ਼ਲੀ ਇਹਨਾਂ ਮੁਲਕਾਂ ਦੇ ਵਿੱਚ ਜਦੋਂ ਹਰ ਬੰਦਾ ਆਪੋ ਆਪਣੇ ਕੰਮਾਂ 'ਚ ਬਿਜ਼ੀ ਆ, ਹਰ ਬੰਦੇ ਦੇ ਕੋਲ ਕੋਈ ਨਾ ਕੋਈ ਕੰਮ ਆ ਕਰਨ ਨੂੰ, ਅਤੇ ਕਿਸੇ ਕੋਲ ਵੀ ਇੱਕ ਮਿੰਟ ਦੀ ਵਿਹਲ ਨਹੀਂ। ਇਹੀ ਬਾਈ ਆਪਾਂ ਸਾਰੇ ਕੋਸ਼ਿਸ਼ ਕਰੀਏ, ਹੈ ਨਾ, ਜਦੋਂ ਤੁਹਾਨੂੰ ਇਹ ਲੱਗਦਾ ਕਿ ਹਾਂ ਯਾਰ ਮਨ ਉਦਾਸ ਆ, ਜਾਂ ਮਨ, ਹੈ ਨਾ, ਲੱਗ ਨਹੀਂ ਰਿਹਾ ਤੁਹਾਡੇ ਕੰਮ 'ਚ, ਤੁਹਾਡੀ ਪੜ੍ਹਾਈ ਦੇ ਵਿੱਚ, ਅਤੇ ਬਾਈ
ਆਪਣੇ ਜਿਹੜੇ ਤੁਹਾਡੇ ਆਲੇ ਦੁਆਲੇ ਤੁਹਾਡੇ ਫਰੈਂਡ ਆ ਸਰਕਲ ਦੇ, ਹੈ ਨਾ, ਉਹਨਾਂ ਨੂੰ ਮਿਲੋ, ਉਹਨਾਂ ਦੇ ਨਾਲ ਗੱਲਬਾਤ ਸਾਂਝੀ ਕਰੋ, ਹੈ ਨਾ, ਕਿਉਂਕਿ ਦੁੱਖ ਕਹਿੰਦੇ ਵੰਡਿਆ ਘਟਦਾ ਅਤੇ ਖੁਸ਼ੀ ਕਹਿੰਦੇ ਵੰਡਿਆ ਵੱਧਦੀ ਆ। ਅਤੇ ਬਾਈ ਇਹੀ ਮੇਰਾ ਮੈਸੇਜ ਆ ਸਾਰੇ ਵਿਊਅਰਸ ਨੂੰ ਜਿਹੜੇ ਜੱਟ ਲਾਈਵ ਟੀ ਵੀ ਨੂੰ ਸਪੋਰਟ ਕਰਦੇ ਆ ਜਾਂ ਸਬਸਕ੍ਰਾਈਬ ਕੀਤਾ ਹੋਇਆ ਜਿਨ੍ਹਾਂ ਨੇ, ਹੈ ਨਾ। ਅਤੇ ਬਾਈ ਅੱਜ ਦੀ ਵੀਡੀਓ ਨੂੰ ਮੈਂ ਇੱਥੇ ਫਿਨਿਸ਼ ਕਰਦਾ, ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਜੇ ਵੀਡੀਓ ਚੰਗੀ ਲੱਗੀ ਮੈਸੇਜ ਚੰਗਾ ਲੱਗਿਆ ਲਾਈਕ ਕਰ ਦਿਓ ਵੀਡੀਓ ਨੂੰ। ਥੈਂਕ ਯੂ ਸੋ ਮੱਚ।